ਤੜਕੇ ਧੁੰਦ ਵੀ ਬਹੁਤ ਸੀ ਨਾ ਸਪੈਂਡੇ ਕਰਕੇ ਤੇ ਆਗਾ ਟ੍ਰਾਂਸਫਾਰਮ ਆ ਗਿਆ ਨਾ ਤੜਕੇ ਇਹ ਹਾਸਾ ਹੋਇਆ ਜੀ ਸਵੇਰੇ ਇਹ 4:15 ਚੱਲ ਕੇ ਆਉਂਦੀ ਹੈ ਬੁਕਸਰੋਂ ਜਲਾਲਾਬਾਦ ਤੋਂ ਇਹ ਕਾਹਦੇ ਕਾਰਨ ਪਤਾ ਲੱਗਾ ਕੁਛ ਪਤਾ ਲੱਗਿਆ ਵੀਰੇ ਯਾਰ ਬੱਜੀ ਕਿਵੇਂ ਧੁੰਦ ਬਹੁਤ ਜ਼ਿਆਦਾ ਸੀਗੀ ਅੱਛਾ ਧੁੰਦ ਕਾਰਨ ਹੋਈ ਬਸ ਅਸੀਂ 4:40 ਤੋਂ ਚੱਲੇ ਹਾਂ ਜੀ ਡੇਲੀ ਵਾਂਗੂ ਜਿਵੇਂ ਅੱਗੇ ਚੱਲਦੀ ਹੈ ਜਲਾਲਾਬਾਦ ਤੋਂ ਫਤਿਹਾਬਾਦ ਅਪ ਡਾਊਨ ਕਰਦੇ ਹਾਂ ਅਸੀਂ ਅਤੇ ਇੱਥੋਂ ਫਤਿਹ ਆਪਣਾ ਸੈਦੋ ਚੱਕ ਤੋਂ ਆ ਕੇ ਸਵਾਰੀਆਂ ਚੜ੍ਹਾਈਆਂ ਅਸੀਂ 5 ਵਜੇ ਦੇ ਕਰੀਬ ਆ ਅਤੇ ਸਵਾਰੀਆਂ ਚੜ੍ਹਾ ਕੇ ਤੁਰੇ ਹੀ ਹਜੇ ਵਾ ਅੱਗੇ ਆ ਗਏ ਜੀ ਧੁੰਦ ਕਰਕੇ ਥੱਲੇ ਲੈ ਗਈ ਕਿੰਨੀ ਕੁ ਧੁੰਦ ਬਹੁਤ ਸੀ ਜ਼ਿਆਦਾ ਜੀ ਕਿੰਨੀਆਂ ਬਾਈ ਜੀ ਸਵਾਰੀਆਂ ਸਵਾਰੀਆਂ ਹੈਗੀਆਂ 40 ਦੇ ਕਰੀਬ ਹੈਗੀਆਂ ਸੀ ਸੱਟਾਂ ਵੀ ਲੱਗੀਆਂ 5-4 ਸਵਾਰੀਆਂ ਤੇ ਹੈਗੀਆਂ ਬੰਬਾਂ ਦੇ ਮੂੰਹ ਤੇ ਸੱਟਾਂ ਹੈਗੀਆਂ ਵਾ ਹਾਂਜੀ ਡਰਾਈਵਰ ਦੇ ਵੀ ਕਹਿੰਦੇ ਕੁਛ ਡਰਾਈਵਰ ਦੇ ਹੈਗੀ ਬਾਂਹ ਤੇ ਸੱਟ ਹੈਗੀ ਡਰਾਈਵਰ ਦੇ ਹਾਂਜੀ ਬਾਂਹ ਤੇ ਸੱਟ ਹੈਗੀ ਅੱਛਾ ਤੇ ਆਪ 2 ਕਿੱਲੇ ਵਾਟ ਤੋਂ ਚੱਲੇ ਹੋ ਹਾਲੀ ਹਾਂਜੀ 2 ਕਿੱਲੇ ਵਾਟ ਤੋਂ ਬਾਅਦ ਸਵਾਰੀ ਚੜ੍ਹਾ ਕੇ ਚੱਲੇ ਹਾਂ ਬਸ ਤਾਂ ਜਮਾਂ ਸਲੋ ਹੀ ਸੀਗੀ ਹਾਂਜੀ ਦਿਖਾਈ ਨਹੀਂ ਦਿੱਤਾ ਜੀ ਸਵਾਰੀਆਂ ਨੂੰ ਅਸੀਂ ਐਂਬੂਲੈਂਸ ਬੁਲਾ ਕੇ 5-4 ਸਵਾਰੀਆਂ ਹੈਗੀਆਂ ਸੀ ਉਹਨਾਂ ਨੂੰ ਅਸੀਂ ਭੇਜ ਦਿੱਤਾ ਸੀ ਕਿੱਥੇ ਭੇਜਿਆ ਗਿਆ ਬਸ ਸਿਵਲ ਹਸਪੀਟਲ ਹੀ ਗਿਆ ਜਲਾਲਾਬਾਦ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਜੀ ਇਸੇ ਬੱਸ ਤੇ ਡਿਊਟੀ ਆ ਤੁਹਾਡੀ ਹਾਂਜੀ ਮੈਂ ਕੰਡਕਟਰ ਹਾਂ ਥੈਂਕ ਯੂ ਹੋਇਆ ਹੋਣਾ ਇਹ ਕੁਛ ਨਹੀਂ ਵੀ ਜਾਂ ਤਾਂ ਇਹ ਓਵਰਟੇਕ ਕਰਦਾ ਅਤੇ ਜਾਂ ਅੱਗੋਂ ਦੱਸਿਆ ਹੀ ਨਹੀਂ ਉਹਨੂੰ ਵੀ ਧੁੰਦ 'ਚ ਹਨੇਰਾ ਹੀ ਇੰਨਾ ਸੀਗਾ ਧੁੰਦ ਬਹੁਤ ਜ਼ਿਆਦਾ ਸੀ ਧੁੰਦ ਬਹੁਤ